ਤਾਰਨ ਗੁਜਰਾਲ ਦੀ ਕਹਾਣੀ ਸੁਲਫੇ ਦੀ ਲਾਟ। ਨਾਮਾ ਅੱਜ ਬੜੀ ਆਕੜ 'ਚ ਡੋਲੀ ਦੇ ਨਾਲ ਤੁਰਿਆ ਆਉਂਦਾ ਸੀ। ਉਮਰ ਉਹਦੀ ਭਾਵੇਂ 50 ਤੋਂ ਉੱਤੇ ਨਹੀਂ ਸੀ ਟੱਪੀ, ਪਰ ਮੱਥੇ ਉਤਲੇ ਸਿਰ ਦੇ ਵਾਲ ਥੋੜ੍ਹੀ ਜਿਹੀ ਥਾਂ ਤੋਂ ਇੰਜ ਚਿੱਟੇ ਸਨ ਜਿਵੇਂ ਕਿਸੇ ਨੇ ਸੁਆਹ ਦੀ ਮੁੱਠ ਭਰ ਕੇ ਉਹਦੇ ਸਿਰ 'ਚ ਸੁੱਟੀ ਹੋਵੇ। ਪਤਲੇ ਜਿਹੇ ਨਾਮੇ ਦਾ ਕੱਦ ਲੰਮਾ, ਰੰਗ ਉਂਝ ਤਾਂ ਮਿੱਟੀ ਰੰਗਾ ਹੀ ਸੀ ਕਿਉਂਕਿ ਹਰ ਵੇਲੇ ਘੱਟੇ 'ਚ ਲਿਬੜੇ ਦਾ ਅਸਲੀ ਰੰਗ ਕਦੇ ਕਿਸੇ ਤੱਕਿਆ ਹੀ ਨਹੀਂ ਸੀ। 24 ਘੰਟਿਆਂ 'ਚੋਂ ਮਸਾਂ 2-3 ਘੰਟੇ ਉਹ ਖੋਤਿਆਂ ਤੋਂ ਵੱਖਰਾ ਰਹਿੰਦਾ। ਚਾਰਾ ਪਾਣੀ ਦੇਣ ਤੋਂ ਲੈ ਕੇ ਬਾਕੀ ਵੀ ਸਾਰਾ ਕੰਮ ਕਾਰ ਉਸੇ ਦੇ ਜਿੰਮੇ ਸੀ। ਬੇਲੀ ਤਾਂ ਬਸ ਅਫੀਮ ਖਾ ਕੇ ਸਾਰਾ ਦਿਨ ਬੋਰਡ ਥੱਲੇ ਪੀਣਕ ਚੂੰਘਦਾ ਰਹਿੰਦਾ। ਮੁੰਡਾ ਜਵਾਨ ਹੋ ਗਿਆ, ਹੁਣ ਆਪੇ ਸਾਂਭੂ, ਉਹ ਸੋਚਦਾ। ਨਾਮਾ ਸਾਰਾ ਦਿਨ ਕੰਮ 'ਚ ਰੁੱਝਾ ਰਹਿੰਦਾ, ਉਹਨੂੰ ਇਹਨਾਂ ਵਹਿਤਰਾਂ ਨਾਲ ਪਿਆਰ ਜਿਹਾ ਵੀ ਹੋ ਗਿਆ ਸੀ ਅਤੇ ਰਾਤੀਂ ਜਦੋਂ ਥੱਕਾ ਟੁੱਟਾ ਘਰ ਪਰਤਦਾ ਅਤੇ ਢਾਰੇ 'ਚ ਡੱਠੀ ਮੰਜੀ 'ਤੇ ਪੈ ਰਹਿੰਦਾ। ਉਹ ਕਈ ਵਾਰੀ ਖਰੂਦ ਕਰਦੇ ਅਤੇ ਜ਼ਮੀਨ 'ਤੇ ਲੇਟਣੀਆਂ ਲੈ ਹੀਂਗ ਦੇ ਤਾਂ ਉਹਨੂੰ ਬੜਾ ਸਵਾਦ ਆਉਂਦਾ। ਬਹੁਤੀ ਵਾਰੀ ਉਹ ਆਪਣੀ ਥਕਾਨ ਭੁੱਲ ਕੇ ਉਹਨਾਂ ਨਾਲ ਖੜਬਾਜ਼ੀਆਂ ਮਾਰਦਾ ਅਤੇ ਹੀਂਗਣ ਦੀ ਤਾਂ ਉਹਨੂੰ ਇੰਨੀ ਮੁਹਾਰਤ ਸੀ ਕਿ ਰਾਤੀਂ ਕਦੇ ਸ਼ਰਾਰਤ ਨਾਲ ਉਹ ਹੀਂਗਦਾ ਤਾਂ ਸਾਰੇ ਪਿੰਡ ਦੇ ਖੋਤੇ ਅਸਮਾਨ ਸਿਰ 'ਤੇ ਚੁੱਕ ਲੈਂਦੇ ਅਤੇ ਲੋਕਾਂ ਦਾ ਸੌਣਾ ਹਰਾਮ ਹੋ ਜਾਂਦਾ। ਉਹ ਹੱਦ ਦਰਜੇ ਦਾ ਲੜਾਕਾ ਅਤੇ ਅੜੀਅਲ ਸੀ। ਜਦੋਂ ਕਿਸੇ ਨਾਲ ਲੜਦਾ, ਪਿੰਡ ਇਕੱਠਾ ਕਰ ਲੈਂਦਾ ਅਤੇ ਉੱਧਰੋਂ ਵਿਹਲਾ ਹੋ ਕੇ ਵਹਿਤਰਾਂ ਵਿਚਾਰਿਆਂ ਦੀ ਸਖਤੀ ਲਿਆਉਂਦਾ। ਪਰ ਅੱਜ ਤਾਂ ਉਹਦੇ ਟੌਹਰ ਹੀ ਹੋਰ ਸਨ। ਉਹ ਗੁਲਾਬੀ ਕਾਗਜ਼ 'ਚ ਵਲੇਟੇ ਅੰਗਰੇਜ਼ੀ ਸਾਬਣ ਨਾਲ ਮਲ ਮਲ ਕੇ ਨਹਾਤਾ ਸੀ। ਹਾਲੇ ਤੱਕ ਉਹਨੂੰ ਆਪਣੇ ਆਪ ਕੋਲੋਂ ਖੁਸ਼ਬੂ ਆ ਰਹੀ ਸੀ। ਨਹਾ ਕੇ ਉਹਨੇ ਪਿੰਡੇ 'ਤੇ ਮੂੰਹ 'ਤੇ ਚੰਗੀ ਤਰ੍ਹਾਂ ਸਰੋਂ ਦਾ ਤੇਲ ਚੋਪੜਿਆ ਸੀ ਜਿਹਦੇ ਨਾਲ ਉਹਦਾ ਸਾਂਵਲਾ ਰੰਗ ਹੋਰ ਵੀ ਲਿਸ਼ਕ ਆਇਆ ਸੀ। ਪੀਲੇ ਰੰਗ ਦਾ ਲੰਮਾ ਕੁੜਤਾ ਪਾ ਕੇ ਇੰਝ ਲੱਗ ਰਿਹਾ ਸੀ ਜਿਵੇਂ ਸਰੋਂ ਦੇ ਖੇਤ 'ਚ ਕੱਟਾ ਛੱਡਿਆ ਹੋਵੇ। ਹੇਠਾਂ ਲੱਠੇ ਦੀ ਕਾੜ ਕਾੜ ਕਰਦੀ ਚਾਦਰ ਅਤੇ ਪੈਰੀ ਨੋਕਾਂ ਵਾਲੀ ਜੁੱਤੀ। ਨਾਮੇ ਦੇ ਪੈਰ ਜ਼ਮੀਨ 'ਤੇ ਨਹੀਂ ਸੀ ਟਿਕ ਰਹੇ। ਬਾਹਰ ਬਾਹਰ ਉਹ ਗਲੇ 'ਤੇ ਹੱਥ ਫੇਰਦਾ ਜਿਸ 'ਚ ਸੋਨੇ ਦਾ ਕੈਂਠਾ ਚਮਕ ਰਿਹਾ ਸੀ। ਗਰਮੀ ਤੋਂ ਹੁਸੜੀ ਵਹੁਟੀ ਨੇ ਹਵਾ ਲੈਣ ਲਈ ਰਤਾ ਕਡੋਲੀ ਦਾ ਪੱਲਾ ਚੁੱਕਿਆ, ਪਰ ਨਾਲ ਨਹਾਉਂਦੇ ਨਾਮੇ ਨੂੰ ਵੇਖ ਕੇ ਝੱਟ ਥੱਲੇ ਸੁੱਟ ਦਿੱਤਾ। ਨਾਮੇ ਨੂੰ ਝੋਲਾ ਜਿਹਾ ਪਿਆ ਅਤੇ ਉਹ ਚੱਕਰ ਖਾ ਗਿਆ। ਵਾਹਵਾ ਸੋਹਣੀ ਵਹੁਟੀ ਸੀ ਉਹਦੀ, ਇਹੋ ਜਿਹੀ ਤਾਂ ਪੂਰੇ ਪਿੰਡ 'ਚ ਕੋਈ ਕੁੜੀ ਨਹੀਂ ਸੀ। ਉਹਨੂੰ ਕੁਝ ਸਰੂਰ ਜਿਹਾ ਆਉਣ ਲੱਗਾ, ਪਰ ਝੱਟ ਹੀ ਆਪਣੀ ਗੁੜਗੁੜੀ ਯਾਦ ਆਉਣ ਨਾਲ ਸਾਰਾ ਮਜ਼ਾ ਕਿਰਕਰਾ ਹੋ ਗਿਆ। ਕਦੀ ਇਸ ਵੇਲੇ ਗੁੜਗੁੜੀ ਕੋਲ ਹੁੰਦੀ, ਘਰ ਜਾਂਦੀਆਂ ਹੀ ਸਭ ਤੋਂ ਪਹਿਲਾਂ ਬੋਰਡ ਦੇ ਖੋਲ ਵਿੱਚ ਘਾਹ ਹੇਠ ਲੁਕਾਈ ਆਪਣੀ ਲਾਲ ਸੂਈ ਮੋਰ ਦੀ ਗਰਦਨ ਵਾਂਗ ਲਿਸ਼ਕਦੀ ਗੁੜਗੁੜੀ ਕੱਢੇਗਾ ਅਤੇ ਨਵੇਂ ਪਰਨੇ ਨਾਲ ਪੂੰਝ ਕੇ ਗਰਮ ਕਰਕੇ ਸੂਟੇ ਲਾਏਗਾ ਅਤੇ ਸੋਚਦਿਆਂ ਉਹਦੇ ਢਿੱਲੇ ਪੈ ਰਹੇ ਕਦਮ ਫਿਰ ਜਾਨਦਾਰ ਹੋ ਗਏ। ਪਿੰਡ ਦੇ ਬੱਚੇ ਤੂਤਨਿਆਂ ਦੀ ਆਵਾਜ਼ ਸੁਣ ਕੇ ਸਵਾਗਤ ਲਈ ਅਗਦੋਂ ਹੀ ਆ ਮਿਲੇ ਸਨ ਅਤੇ ਡੋਲੀ ਦੇ ਅੱਗੇ ਰੌਲਾ ਪਾਉਂਦੇ ਟੁਰ ਰਹੇ ਸਨ। ਸ਼ੁਕਰ ਸ਼ੁਕਰ ਕਰਕੇ ਘਰ ਆਇਆ। ਬੂਹੇ 'ਤੇ ਆਲਾ ਮਰਾਸਨ ਗਲ 'ਚ ਢੋਲ ਪਾਈ ਘੋੜੀਆਂ ਗਾ ਰਹੀ ਸੀ ਅਤੇ ਮਾਂ ਆਤੋਂ ਨੇ ਪਾਣੀ ਵਾਰਿਆ ਅਤੇ ਤੇਲ ਚੋਇਆ। ਸ਼ਗਨਾਂ ਨਾਲ ਵਹੁਟੀ ਅੰਦਰਲੀ ਕੋਠੜੀ 'ਚ ਬਹਾਈ ਗਈ। ਸ਼ਰੀਕਣੀਆਂ ਅੰਦਰ ਸੜ ਰਹੀਆਂ ਸਨ। ਇਹ ਹੂਰਾਂ ਭਰੀ ਪਤਾ ਨਹੀਂ ਕਿਵੇਂ ਇੱਥੇ ਆ ਉਤਰੀ ਸੀ। ਵਹੁਟੀ ਸੀ ਕਿ ਵੇਖਿਆ ਭੁੱਖ ਲੈਂਦੀ ਸੀ। ਮੇਲ 2-4 ਦਿਨ ਗਾਹ ਬਾਹ ਪਾ ਕੇ ਟੁਰ ਗਿਆ ਅਤੇ ਨਾਮੇ ਨੂੰ ਵੀ ਪਿਓ ਨੇ ਕੰਮ 'ਤੇ ਲੱਗਣ ਦਾ ਇਸ਼ਾਰਾ ਕੀਤਾ। ਬੇਦਿਲੀਆਂ ਹੀ ਉਹ ਢਾਰੇ 'ਚ ਜਾ ਵੜਿਆ ਜਿੱਥੇ ਉਹਦੇ 10-12 ਵਹਿਤਰ ਬੱਧੇ ਹੋਏ ਸਨ। ਉਹਨੂੰ ਵੇਖਦਿਆਂ ਹੀ ਸਾਰੇ ਇੰਝ ਹੀਂਗੇ ਜਿਵੇਂ ਬਹੁਤ ਮੁੱਦਤ ਬਾਅਦ ਉਹਨਾਂ ਨੂੰ ਵਿਛੜਿਆ ਸਾਥੀ ਮਿਲਿਆ ਹੋਵੇ। ਉਹਨੇ ਵਾਰੀ ਵਾਰੀ ਸਭ ਨੂੰ ਪੈਂਖੜਾਂ ਤੋਂ ਖੋਲ੍ਹਿਆ, ਸ਼ੇਰੇ ਨੂੰ ਥਾਪੀ ਦਿੱਤੀ, ਗੁੜਗੁੜੀ ਨੂੰ ਧੋ ਕੇ ਪੂੰਝ ਕੇ ਗਰਮ ਕੀਤਾ ਅਤੇ ਪਲਾਣੇ ਪਾ ਕੇ ਵਹਿਤਰਾਂ ਨੂੰ ਢਾਰੇ 'ਚੋਂ ਬਾਹਰ ਹੱਕ ਦਿੱਤਾ। ਆਪ ਉਸ ਪੋਲੇ ਪੈਰੀਂ ਅਹਿਸਾਸ ਨਾਲ ਅੰਦਰ ਝਾਕਿਆ ਕਿ ਸ਼ਾਇਦ ਅੱਛਰੀ ਨੇ ਉਹਨੂੰ ਚਲਾ ਗਿਆ
ਸਮਾਂ 'ਚ ਘੁੰਡ ਲਾ ਦਿੱਤਾ ਹੋਵੇ ਅਤੇ ਉਹ ਚੰਗੀ ਤਰ੍ਹਾਂ ਉਹਦਾ ਮੂੰਹ ਵੇਖ ਸਕੇ। ਪਰ ਅੱਛਰੀ ਨੇ ਬੜਕ ਲੈਂਦਿਆਂ ਪਹਿਲਾਂ ਹੀ ਦੋ ਹੱਥ ਲੰਮਾ ਘੁੰਡ ਖਿੱਚ ਲਿਆ ਹੋਇਆ ਸੀ। ਨਾਮੇ ਨੇ ਜ਼ੋਰ ਦੀ ਖੰਘੂਰਾ ਮਾਰਿਆ ਅਤੇ ਕਦਮ ਕਾਲੇ ਪੁੱਟ ਦਾ ਢਾਰੇ ਤੋਂ ਬਾਹਰ ਹੋ ਗਿਆ। ਨੀ ਕੁੜੇ, ਹੁਣ ਹੋ ਗਿਆ ਵੋਟ ਪਾਉਣਾ। ਬਥੇਰੇ ਜੱਫਰ ਜਾਲਦੀ ਰਹੀ ਹਾਂ ਸਾਰੀ ਉਮਰ, ਮਰਦ ਕੰਮ 'ਤੇ ਚਲੇ ਗਏ ਨੇ ਅਤੇ ਤੂੰ ਵੀ ਉੱਠ ਕੇ ਘਰ ਬੂਆ ਸੰਭਾਰ। ਆਤੋ ਨੇ ਨੱਕ 'ਚ ਨਸਵਾਰ ਚੜਾਉਂਦਿਆਂ ਅੱਛਰੀ ਨੂੰ ਆਦੇਸ਼ ਦਿੱਤਾ। ਅੱਛਰੀ ਨੇ ਝਾੜੂ ਫੜਿਆ ਅਤੇ ਢਾਰੇ 'ਚ ਜਾ ਵੜੀ। ਕੱਚੀ ਜ਼ਮੀਨ ਲਿੱਦ ਅਤੇ ਗੰਧ ਨਾਲ ਅੱਟੀ ਬੋਹ ਮਾਰ ਰਹੀ ਸੀ। ਉਹਦਾ ਦਿਲ ਕੱਚਾ ਕੱਚਾ ਹੋਣ ਲੱਗ ਪਿਆ। ਧੀ ਤਾਂ ਭਾਵੇਂ ਉਹ ਵੀ ਘੁਮਿਆਰਾਂ ਦੀ ਸੀ, ਪਰ ਉਹ ਤਾਂ ਸਿਰਫ ਮਿੱਟੀ ਦੇ ਭਾਂਡੇ ਹੀ ਘੜਦੇ ਸਨ ਅਤੇ ਅੱਛਰੀ ਘੜਿਆਂ ਸੁਰਾਹੀਆਂ ਅਤੇ ਵੇਲਾਂ ਪਾਉਂਦੀ ਹੁੰਦੀ ਸੀ। ਅਤੇ ਜਦੋਂ ਵੀ ਪਿੰਡ 'ਚ ਕੋਈ ਵਿਆਹ ਹੋਣਾ, ਘੜੋਲੀ ਉਹ ਆਪ ਰੰਗਦੀ ਅਤੇ ਇੰਨੀ ਸੋਹਣੀ ਚਿੱਤਰਕਾਰੀ ਕਰਦੀ ਕਿ ਘੜੋਲੀ ਮੂੰਹੋਂ ਬੋਲਦੀ। ਪੂਰੇ ਪਿੰਡ 'ਚ ਉਹਦੇ ਵਰਗਾ ਸਾਫ਼ ਹੱਥ ਕਿਸੇ ਦਾ ਨਹੀਂ ਸੀ। ਘੜੋਲੀਆਂ ਦੇ ਨਾਲ ਨਾਲ ਉਹਨੇ ਆਪਣੇ ਸੁਪਨਿਆਂ ਵਿੱਚ ਵੀ ਬੜੇ ਸੁੰਦਰ ਰੰਗ ਭਰੇ ਸਨ। ਕਿਸੇ ਦਿਨ ਉਹ ਵੀ ਘੜੋਲੀ ਦੇ ਪਾਣੀ ਨਾਲ ਨਹਾਏਗੀ ਅਤੇ ਫਿਰ ਪਰਾਈ ਹੋ ਜਾਏਗੀ, ਸੋਚ ਕੇ ਉਹਨੂੰ ਹੌਲ ਜਿਹਾ ਪੈਂਦਾ। ਪਰ ਨਾਲ ਹੀ ਇੱਕ ਝਰਨਾਹਟ ਜਿਹੀ ਫਿਰ ਜਾਂਦੀ। ਉਹ ਆਪਣਾ ਸੁਹਾਗ ਰਾਤ ਬਾਰੇ ਸੋਚਦੀ ਖਿੰਝਦੀ ਹੋਏਗੀ। ਉਹਦਾ ਉਹ ਆਏਗਾ, ਉਹ ਘੁੰਡ 'ਚ ਛੂਈ ਮੂਈ ਹੋ ਕੇ ਬੈਠੀ ਹੋਏਗੀ। ਉਹ ਆ ਕੇ ਹੌਲੀ ਜਿਹੀ ਕੋਲ ਬਹੇਗਾ, ਘੁੰਡ ਚੁੱਕੇਗਾ, ਪਰ ਮੂੰਹ ਦਿਖਾਈ ਲਏ ਬਿਨਾਂ ਘੁੰਡ ਥੋੜ੍ਹਾ ਚੁੱਕਣ ਦੇਵੇਗੀ। ਉਹਦੇ ਤਰਲੇ ਲਏਗਾ ਅਤੇ ਪੈਰੀਂ ਹੱਥ, ਨਹੀਂ, ਉਹਦੇ ਹੱਥ ਫੜ ਲਏਗੀ ਅਤੇ ਆਪਣੀਆਂ ਅੱਖਾਂ 'ਤੇ ਰੱਖ ਲਏਗੀ ਅਤੇ ਫਿਰ। ਪਰ ਉਹਦਾ ਪਤੀ ਨਾਮਾ ਤਾਂ ਹੋਰ ਹੀ ਤਰ੍ਹਾਂ ਦਾ ਸੀ। ਸੁਹਾਗ ਦੀ ਰਾਤ ਉਸ ਖੂਬ ਨਸ਼ਾ ਕੀਤਾ ਸੀ ਅਤੇ ਹੱਥ 'ਚ ਗੁੜਗੁੜੀ ਫੜੀ। ਸੂਟੇ ਲਾਉਂਦਾ ਕੋਠੜੀ 'ਚ ਆਇਆ ਸੀ ਅਤੇ ਆਉਂਦਿਆਂ ਝਪਟ ਕੇ ਉਹਨੇ ਉਹਦੀ ਚੁੰਨੀ ਖਿੱਚ ਲਈ ਸੀ ਅਤੇ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ। ਅਤੇ ਕਿੰਨੀਆਂ ਘੜੋਲੀਆਂ ਦੇ ਭੱਜਣ ਦੀ ਆਵਾਜ਼ ਉਹਨੂੰ ਆਪਣੇ ਅੰਦਰੋਂ ਆਈ ਸੀ। ਉਹਦੀ ਜੀਭ ਤਾਲੂ ਨਾਲ ਸੁੱਕਦੀ ਜਾਂਦੀ ਸੀ, ਪਰ ਨਾਮੇ ਨੇ ਕੁਝ ਵੀ ਨਹੀਂ ਸੀ ਵੇਖਿਆ ਨਾ ਸੁਣਿਆ ਸੀ। ਚਾਰ ਦਿਨਾਂ 'ਚ ਹੀ ਅੱਛਰੀ ਨੇ ਬਹੁਤ ਸਾਰਾ ਕੌੜ ਨਿਕਲ ਲਿਆ ਸੀ। ਹੁਣ ਤਾਂ ਵਿਆਹ ਹੋ ਹੀ ਗਿਆ ਸੀ ਅਤੇ ਉਮਰ ਵੀ ਇੱਥੇ ਕੱਟਣੀ ਸੀ। ਅਤੇ ਉਹਨੇ ਚੁੰਨੀ ਚੰਗੀ ਤਰ੍ਹਾਂ ਨੱਕ 'ਤੇ ਵਲੇਟੀ, ਲਾਲ ਚੂੜਾ ਛਣਕ ਕੇ ਉਹਦੀਆਂ ਕੂਹਣੀਆਂ ਤੱਕ ਪਹੁੰਚ ਗਿਆ ਅਤੇ ਉਹਦੀਆਂ ਅੱਖਾਂ ਭਰ ਆਈਆਂ। ਪਰ ਚੁੰਨੀ ਦੀ ਕੰਨੀ ਨਾਲ ਪੂੰਝ ਕੇ ਉਸ ਫਟਾਫਟ ਥਾਂ ਹੁੰਝਿਆ ਅਤੇ ਮਿੱਟੀ ਦਾ ਪਤਲਾ ਜਿਹਾ ਪੋਚਾ ਫੇਰ ਦਿੱਤਾ। ਸਾਰਾ ਵਾੜਾ ਝੰਮ ਝੰਮ ਕਰਨ ਲੱਗ ਪਿਆ। ਅੱਛਰੀ ਦੇ ਆਉਣ ਨਾਲ ਘਰ ਦੀ ਕਾਇਮ ਪਲਟ ਗਈ ਸੀ। ਸਾਰਿਆਂ ਦੇ ਕੱਪੜੇ ਧੋਤੇ ਹੁੰਦੇ, ਕੰਧਾਂ ਲਿਪੀਆਂ ਪੋਚੀਆਂ, ਥਾਂ ਥਾਂ ਤਿੱਤਰ ਮੋਰ ਅਤੇ ਬੂਟੇ ਪਏ ਨਜ਼ਰ ਆਉਂਦੇ। ਘਰ ਦਾ ਰੋਟੀ ਪਾਣੀ ਨਿਪਟਾ ਕੇ ਉਹ ਕਈ ਹੋਰ ਰੁਝੇਵੇਂ ਲੈ ਬਹਿੰਦੀ। ਕਦੀ ਪੱਖੀਆਂ ਨੂੰ ਰੰਗ ਬਿਰੰਗੇ ਫੁੰਮਣ ਅਤੇ ਮੋਤੀ ਲਾਲਾ ਵਿੱਚ ਘੁੰਗਰੂ ਪਰੋਂਦੀ ਅਤੇ ਕਦੀ ਤਰਕੋਨਿਆਂ 'ਤੇ ਸੁਨਹਿਰੀ ਵਰਕ ਵਲੇਟ ਵਲੇਟ ਲੰਮੀਆਂ ਮਾਲਾ ਪਰੋ ਪਰੋ ਨਨਾਣਾ ਨੂੰ ਸਜਾਉਂਦੀ। ਸੇਵੀਆਂ ਇੰਨੀਆਂ ਬਰੀਕ ਵੱਟਦੀ ਜਿਵੇਂ ਟੁੱਟੇ ਘੁੰਗਰਾਲੇ ਵਾਲ ਹੋਣ। ਸਾਰਾ ਦਿਨ ਕੰਮ ਕਰਕੇ ਰਾਤ ਤੱਕ ਉਹ ਚੂਰ ਹੋ ਜਾਂਦੀ ਅਤੇ ਨਾਮਾ ਜਦੋਂ ਖੱਟੀ ਪਹਾੜਾ ਚੰਗਾ ਕਰਕੇ ਖੁਸ਼ੀ 'ਚ ਘਰ ਆਉਂਦਾ ਅਤੇ ਰਾਤੀ ਅੱਛਰੀ ਨੂੰ ਕੁੜਤੇ ਦੀ ਜੇਬ 'ਚੋਂ ਚੋਰੀ ਚੋਰੀ ਜਲੇਬੀਆਂ ਕੱਢ ਕੇ ਖਵਾਉਂਦਾ। ਪਰ ਜਦੋਂ ਕਿਸੇ ਨਾਲ ਲੜ ਕੇ ਆਉਂਦਾ ਤਾਂ ਬਾਹਰੋਂ ਇੰਨੀ ਅੱਛਰੋ ਕਹਿ ਕੇ ਉੱਚੀ ਆਵਾਜ਼ 'ਚ ਲਲਕਾਰਦਾ ਅਤੇ ਫਿਰ ਕੋਈ ਨਾ ਕੋਈ ਬਹਾਨਾ ਲੱਭ ਲੈਂਦਾ ਅੱਛਰੀ ਨੂੰ ਸੇਕਣ ਦਾ। ਉਸ ਦਿਨ ਤੜਕੇ ਹੀ ਉਹ ਰੋਹੀ ਤੋਂ ਚੀਕਣੀ ਮਿੱਟੀ ਲੈ ਕੇ ਆਇਆ ਸੀ ਅਤੇ ਸਵੇਰ ਦਾ ਹੀ ਬੜੀ ਮਿਹਨਤ ਨਾਲ ਚਿਲਮ ਬਣਾਉਣ 'ਚ ਰੁੱਝਾ ਹੋਇਆ ਸੀ। ਚਿਲਮ ਹਮੇਸ਼ਾ ਆਪਣੇ ਹੱਥ ਨਾਲ ਹੀ ਬਣਾਉਂਦਾ ਸੀ, ਦੂਜੀ ਨਾਲ ਤਾਂ ਸਾਲਾ ਨਸ਼ਾ ਹੀ ਨਹੀਂ ਸੀ ਆਉਂਦਾ। ਚਿਲਮ ਬਣਾਓ ਆਪਣੇ ਯਾਰ ਅਮਲੀ ਦੇ ਭਾਂਡਿਆਂ ਨਾਲ ਪਕਾ ਲੈਂਦਾ ਅਤੇ ਫਿਰ ਉਹਨੇ ਉਹਨੂੰ ਜਾਨ ਨਾਲ ਸਾਂਭ ਕੇ ਰੱਖਦਾ। ਟੋਪੀ ਬਣਾ ਕੇ ਉਹਨੇ ਇੱਕ ਹੋਰ ਗਿੱਲਾ ਹੱਥ ਉਹਦੇ ਕੂਲੇ ਪਿੰਡੇ 'ਤੇ ਫੇਰਿਆ ਅਤੇ ਵਾੜੇ ਦੀ ਕੰਧ ਉੱਤੇ ਟਿਕਾ ਕੇ ਆਪ ਛੱਟਾਂ ਲੱਦਣ ਚਲਾ ਗਿਆ। ਅੱਛਰੀ ਦਾ ਦਿਲ ਸਵੇਰ ਦਾ ਘਾਉਂ ਮਾਊਂ ਹੋ ਰਿਹਾ ਸੀ। ਚੀਕਣੀ ਗਿੱਲੀ ਮਿੱਟੀ ਵੇਖ ਕੇ ਉਹਦੇ ਹੱਥਾਂ 'ਚ ਖੁਰਕ ਹੋ ਰਹੀ ਸੀ। ਉਹਦਾ ਜੀ ਕਰ ਰਿਹਾ ਸੀ ਕਿ ਨਾਮੇ ਦੇ ਹੱਥੋਂ ਮਿੱਟੀ ਖੋਹ ਕੇ ਢੇਰ ਸਾਰੇ ਭਾਂਡੇ ਘੜੀ ਜਾਏ। ਪਰ ਮਿੱਟੀ ਤਾਂ ਚਾਰ ਮੁੱਠਾਂ ਵੀ ਨਹੀਂ ਸੀ
ਅਤੇ ਇੱਕੋ ਟੋਪੀ ਬਣਾ ਕੇ ਬੱਸ ਹੋ ਗਈ ਸੀ। ਹੌਲੀ ਹੌਲੀ ਕੰਧ ਕੋਲ ਗਈ ਅਤੇ ਪੋਲਾ ਜਿਹਾ ਟੋਪੀ ਨੂੰ ਹੱਥ 'ਤੇ ਚੁੱਕ ਲਿਆ। ਉਹਨੂੰ ਲੱਗਾ ਜਿਵੇਂ ਉਹਦਾ ਗੁਆਰ ਜਾਂ ਬਚਪਨ ਉਹਦੀ ਹਥੇਲੀ 'ਤੇ ਆ ਟਿਕਿਆ ਹੋਵੇ। ਵੇਖਦਿਆਂ ਵੇਖਦਿਆਂ ਟੋਪੀ ਦੀ ਘੜੋਲੀ ਬਣ ਗਈ। ਉਹ ਰੰਗਾਂ ਦੀ ਦੁਨੀਆ 'ਚ ਗੁਆਚ ਹੀ ਰਹੀ ਸੀ ਕਿ ਸੱਸ ਨੇ ਜ਼ੋਰ ਦੀ ਆਵਾਜ਼ ਦਿੱਤੀ। ਸੁਪਨੇ ਦੇ ਨਾਲ ਹੀ ਟੋਪੀ ਵੀ ਜ਼ਮੀਨ 'ਤੇ ਡਿੱਗ ਕੇ ਫਿੱਸ ਗਈ ਅਤੇ ਅੱਛਰੀ ਹੈਰਾਨ ਘਬਰਾਈ ਹੋਈ ਟੋਪੀ ਨੂੰ ਉਵੇਂ ਛੱਡ ਕੇ ਸੱਸ ਕੋਲ ਭੱਜ ਗਈ। ਉਹਦਾ ਦਿਲ ਧੱਕ ਧੱਕ ਕਰ ਰਿਹਾ ਸੀ। ਉਹ ਸਾਰਾ ਦਿਨ ਘਰ ਦੇ ਕੰਮ 'ਚ ਫਸੀ ਰਹੀ। ਉਹਨਾਂ ਦੇ ਸ਼ਰੀਕੇ 'ਚ ਕਿਸੇ ਦੇ ਘਰ ਡੋਲੀ ਆਈ ਸੀ ਅਤੇ ਰੋਟੀ ਸਭ ਨੇ ਉੱਥੇ ਖਾਣੀ ਸੀ। ਅੱਛਰੀ ਡਾਮੇ ਦੇ ਆਉਣ ਤੋਂ ਪਹਿਲਾਂ ਤਿਆਰ ਵੀ ਹੋ ਜਾਣਾ ਚਾਹੁੰਦੀ ਸੀ। ਇਸ ਲਈ ਉਹਨੇ ਬੜੀ ਮਿਹਨਤ ਨਾਲ ਹੱਥਾਂ ਪੈਰਾਂ 'ਤੇ ਮਹਿੰਦੀ ਨਾਲ ਚਿੱਤਰਕਾਰੀ ਕੀਤੀ, ਵਟਣਾ ਮਲ ਮਲ ਨਹਾਤੀ ਅਤੇ ਸੱਸ ਕੋਲੋਂ ਫੁੱਲ ਚੌਂਕ ਪਵਾ ਕੇ ਸਿਰ ਗੁੰਦਾਇਆ। ਹਰੇ ਰੰਗ ਦੀ ਸਾਟਨ ਦਾ ਗੋਟੇ ਵਾਲਾ ਕੁੜਤਾ ਅਤੇ ਕਾਸ਼ਨੀ ਰੰਗਾ ਘੱਗਰਾ ਪਾਇਆ। ਸਿਰ 'ਤੇ ਲਾਲ ਗੋਟੇ ਜੜੀ ਚੁੰਨੀ ਹਾਲੇ ਰੱਖੀ ਸੀ ਕਿ ਬਾਹਰੋਂ ਨਾਮੇ ਦੀ ਗਰਜਵੀਂ ਆਵਾਜ਼ ਆਈ। ਉਹ ਸਿੱਧਾ ਪਹਿਲਾਂ ਆਪਣੀ ਟੋਪੀ ਨੂੰ ਹੀ ਵੇਖਣ ਢਾਰੇ ਅੰਦਰ ਗਿਆ ਸੀ ਅਤੇ ਟੁੱਟੀ ਟੋਪੀ ਵੇਖ ਕੇ ਉਹਦਾ ਲਹੂ ਉਬਲ ਗਿਆ। ਉਹਦੀਆਂ ਲਾਲ ਲਾਲ ਅੱਖਾਂ ਬਾਹਰ ਨਿਕਲਣ ਨੂੰ ਪੈ ਰਹੀਆਂ ਸੀ ਅਤੇ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ। ਉਹ ਉੱਚੀ ਉੱਚੀ ਬੋਲਿਆ, ਓਏ ਕਿਹਦੀ ਸ਼ਾਮਤ ਆਈ ਆ, ਕਿਹਨੇ ਮੇਰੀ ਟੋਪੀ ਤੋੜੀ? ਓਏ ਮੈਂ ਤਾਂ ਟੋਪੀ ਪਿੱਛੇ ਕਦੀ ਪਿਓ ਦਾ ਲਿਹਾਜ਼ ਨਹੀਂ ਕੀਤਾ, ਅੱਜ ਕਿਹਦੀ ਮੌਤ ਆਈ ਆ? ਨਹੀਂ ਅੱਛਰੋ, ਨਿਕਲ ਬਾਹਰ, ਆ ਤੇਰੀ ਕਰਤੂਤ ਹੋਊ, ਨਿਕਲ ਬਾਹਰ ਤੇਰੀ। ਟੋਪੀ ਦੇ ਬਦਲੇ ਸਿਰ ਲਊਂਗਾ, ਟੋਪੀ ਦੇ ਬਦਲੇ ਸਿਰ ਲਊਂਗਾ, ਉਹ ਗਰਜ ਰਿਹਾ ਸੀ, ਚੰਗਿਆੜੇ ਛੱਡ ਰਿਹਾ ਸੀ। ਅੱਛਰੀ ਦੀ ਤਾਂ ਜਿਵੇਂ ਕਿਸੇ ਰਾਤੀ ਨੂੰ ਝੋੜ ਲਈ, ਪਰ ਨਾਮੇ ਦਾ ਯਾਰ ਅਮਲੀ ਚੰਗੀ ਕਿਸਮਤ ਨੂੰ ਨਾਲ ਸੀ ਜਿਹਨੇ ਉਹਨੂੰ ਜੱਫਿਆ ਹੋਇਆ ਸੀ। ਨਾਮਾ ਹੱਥ 'ਚ ਖੋਤੇ ਸੋਧਣ ਵਾਲਾ ਡੰਡਾ ਉਲਾਰ ਉਲਾਰ ਗਰਜ ਰਿਹਾ ਸੀ, ਟੋਪੀ ਦੇ ਬਦਲੇ ਸਿਰ ਲਊਂਗਾ। ਉੱਛਲ ਉੱਛਲ ਦਰਵਾਜ਼ੇ ਵੱਲ ਆਉਂਦਾ, ਪਰ ਅਮਲੀ ਵੀ ਪੂਰਾ ਪਹਿਲਵਾਨ ਸੀ। ਉਹਨੇ ਇੱਕ ਧੱਕਾ ਦੇ ਕੇ ਨਾਮੇ ਨੂੰ ਬੋਹੜ ਹੇਠਾਂ ਸੁੱਟਿਆ, ਪਰ ਨਾਮਾ ਪਤਲਾ ਸੀ ਤਾਂ ਕੀ ਹੋਇਆ, ਉਹਨੇ ਵੀ ਸਾਰੀ ਉਮਰ ਖੋਤੇ ਜਾ ਰਹੇ ਸਨ। ਕੋਈ ਮੁਖੌਲ ਤਾਂ ਨਹੀਂ ਸੀ ਕਿ ਉਹਦੀ ਟੋਪੀ ਟੁੱਟ ਜਾਂਦੀ ਅਤੇ ਉਹ ਚੁੱਪ ਰਹਿੰਦਾ? ਉਹ ਤਾਂ ਅੱਜ ਸਿਰ ਹੀ ਲੈਣਾ ਸੀ। ਅੱਛਰੀ ਅੰਦਰ ਰੋ ਰੋ ਫਾਵੀ ਹੋ ਰਹੀ ਸੀ। ਕੁਝ ਫੈਸਲਾ ਕਰਕੇ ਉਸ ਮਾੜਾ ਕੁ ਘੁੰਡ ਕੱਢਿਆ ਅਤੇ ਬਾਹਰ ਵੱਲ ਭੱਜ ਕੇ ਨਾਮੇ ਦੇ ਸਾਹਮਣੇ ਖੜ੍ਹੀ ਹੋ ਗਈ। ਨਾਮਾ ਹੱਕਾ ਬੱਕਾ ਰਹਿ ਗਿਆ। ਉਸ ਅੱਛਰੀ ਨੂੰ ਸਿਰ ਤੋਂ ਪੈਰਾਂ ਤੱਕ ਧਿਆਨ ਨਾਲ ਵੇਖਿਆ ਅਤੇ ਉਹਦੀ ਨਜ਼ਰ ਉਹਦੇ ਚਿਹਰੇ 'ਤੇ ਅੜ ਗਈ। ਅੱਥਰੂਆਂ ਨਾਲ ਧੋਤੇ ਅੱਛਰੀ ਦੇ ਮੂੰਹ 'ਤੇ ਅੰਤਾਂ ਦਾ ਨਿਖਾਰ ਆ ਗਿਆ ਸੀ। ਨਾਮੇ ਨੂੰ ਲੱਗਾ ਜਿਵੇਂ ਉਹਦੇ ਸਾਹਮਣੇ ਅੱਛਰੀ ਨਹੀਂ, ਸੁਲਫੇ ਦੀ ਲਾਟ ਬਲਦੀ ਖੜ੍ਹੀ ਹੋਵੇ। ਉਹਨੂੰ ਸਰੂਰ ਜਿਹਾ ਆਇਆ ਅਤੇ ਡੰਡਾ ਉਹਦੇ ਹੱਥੋਂ ਖੋਰੇ ਕਿਹੜੇ ਵੇਲੇ ਡਿੱਗ ਪਿਆ। ਧੰਨਵਾਦ।